حسین کی دا اسے سود شفاعت دا نہ واہ 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 سب کے سوائے غم دے کوئی غم نہیں ہوتی بڑی روحانیت ہے مجلس شاباش آقا ذرا تفصیل دسو تیرے نام امام کا گریا وج گیا فرمایا میرے زخم دکھائے دیں چاہے میرے زخم تازے چکی تھے نہیں تو سن مومن مومنا دے آقا دسو اللہ تو دے امام فرمایا امام توحید دے نمائندے فرمایا عالم روح ہے اللہ سارے نبیوں تے اماموں دے روح سدے عرش دے سائے تلے اللہ ایک ممبر لوایا ممبر تے ایک نورانی تاج رکھا نبیوں کو اللہ فرمایا میں تو نبوت رسالت تے بے عہدے بغیر اجرت قیمت دے دتن مگر اے سامنے جڑا تاج ہے نا شفاعت دا نا ہے اے تاج بغیر قیمت دے نہ دے سا اگر تواڈے وچوں کوئی اے تاج سر تے سجاونا چاہندا ہے تے دیکھو پسند کرو وارچ آندا ہوئے تے میں دیساں بھائی شفاعت دا تاج کہیں دا دل نہیں آدھا میں ہر نبی آکھا لبے 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 شاباش 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 اے مجلس سنن دا اثر ہے نا آدم آخ میں خریدار ہاں نو آخ میں خریدار ہاں ابراہیم آخ میں خریدار ہاں موسیٰ عیسیٰ آخ میں خریدار ہاں مالک ذرا قیمت دسی دی قیمت اللہ فرمایا اے تاج دے نال ایک رجسٹر میں رکھوائے رجسٹر دے ہر صفحے دے اتے قیمت لکھی ہوئی ہے یہ رجسٹر کھولو چاہ اندے صفحے پڑھ دے ونو تو اڈے وسچ قیمت ہووے تا ہا کرو تو میں تاج پاکو دینا لا الہ الا اللہ محمد رسول اللہ آدم ود ہے بس ایمیں پہلا صفحہ الٹا سا جیڑے لے آدم ڈٹھا ہے نا جو بے وطن ہو منا پون دے شاباش شاباش میرے واسطے تے جنت دا فراق بھویں شاباش شاباش مالک میرے واسطے نہیں نو آئے ہٹ گئے ابراہیم آئے ہٹ گئے موسیٰ آئے رجسٹر کھلیندن صفحے تے قیمت پٹھ دین ہٹ وینے روندے مالک الامان یہ بار بار ہے یہ سارے واسطے نہیں سارے واسطے ممکن سارے نبیاں چ وڈا صابر ہا ایوب نبی لا الہ الا اللہ محمد رسول اللہ علی ولی اللہ اس وڈا اشارہ میں نہیں کر سکتا مذاق دا ایک ایو جی منزل آئی جتھاں ایوب ہی بس کر گیا یہ میں رجسٹر تے صفحے دے دھان ہے نا دے دھان ایک ایو جی صفحہ تے چھت آئی ہے صابر نبی جناب ایوب آدھے مالک میرے وس وچ نہیں ہوں جاندے بیٹھو میں تو حسین دی عظمت تے حوصلہ دساں اللہ ترائے دفعہ کوئی نہیں تواڈے وچوں اے تاج خریدن والا سارا سر جھکا دیتے وط اللہ کے کوئی نہیں جیڑے لے تریچی دفعہ ہے نا اللہ فقام عندھا روح الحسین جواب ریتے مالک لبے
ਜਿਹੜਾ ਤਾਜ ਨਬੀ ਨਹੀਂ ਖਰੀਦ ਸਕਦੇ ਮੈਂ ਹੁਸੈਨ ਖਰੀਦਾ। ਮਿੰਬਰ ਦੀ ਕਸਮ ਹੈ ਨਬੀ ਘਬਰਾ ਕੇ ਹੁਸੈਨ ਦੋ ਦੇਖਦੇ ਨੇ, ਹੁਸੈਨ ਆ ਦੇ ਨਾ ਹੈਰਾਨ ਸੀ ਉਹ ਮੇਰਾ ਬਾਬਾ ਅਲੀ ਏ ਮਾਂ ਦੁੱਖੇ ਪਾਸੇ ਅਲੀ ਏ। ਸਦਕੇ ਸਦਕੇ ਸਮੇਂ ਅੱਲਾ ਦੀ ਆਵਾਜ਼ ਆਉਂਦੀ ਹੈ ਹੁਸੈਨ ਜ਼ਰਾ ਰਜਿਸਟਰ ਖੋਲ, ਕੀਮਤ ਤੇ ਸ਼ਰਤਾਂ ਦੇਖ, ਹੁਸੈਨ ਦੇ ਦੇਖਣ ਦੀ ਜ਼ਰੂਰਤ ਨਹੀਂ। ਨਬੀ ਆਦਨ ਹੁਸੈਨ ਬਾਰਾਂ ਇਮਤਿਹਾਨ ਪਿਆ ਖਿਲਦਾ, ਜ਼ਰਾ ਰਜਿਸਟਰ ਖੋਲ ਸ਼ਰਤਾਂ ਦੇਖ। ਮਿੰਬਰ ਦੀ ਕਸਮ ਹੈ ਹੁਸੈਨ ਰਜਿਸਟਰ ਖੋਲੇ, ਪਹਿਲੀ ਸ਼ਰਤ ਹੀ ਅੱਧ ਰਾਤ ਲੈ ਮਦੀਨਾ ਛੋੜਨਾ ਪਊਗੀ। ਹੁਸੈਨ ਆਦਨ ਮੇਰੇ ਅੱਲਾ ਮੈਂ ਵਾਅਦਾ ਕਰੇ ਨਾ ਹੁਸੈਨ ਆਦਿਨ ਇਹਰਾਮ ਤੁਰੇ ਸਨ। ਤੀਜੀ ਸ਼ਰਤ ਰਾਏ ਦਿਹਾੜੇ ਦਰਿਆ ਦੇ ਕਿਨਾਰੇ ਤੇ ਤਸਰ ਰਾਮਣਾ ਹੁਸੈਨ ਆਦਿ ਇਹ ਵੀ ਕਬੂਲ। ਚੌਥੀ ਸ਼ਰਤ ਆਈ ਮਹਿਮਾਨਾਂ ਦੀ ਸ਼ਹਾਦਤ ਹੁਸੈਨ ਆਦਿ ਇਹ ਵੀ ਕਬੂਲ। ਮਿੰਬਰ ਦੀ ਕਸਮ ਹੈ ਸਾਰੀਆਂ ਸ਼ਰਤਾਂ ਹੁਸੈਨ ਡੇਧਾ ਕਬੂਲ ਕਰੇਂਦਾ ਹੈ, ਡੇਧਾ ਕਬੂਲ ਕਰੇਂਦਾ ਹੈ, ਡੇਧਾ ਕਬੂਲ ਕਰੇਂਦਾ ਹੈ। ਪੜਦਾ ਤਾਂ ਮੈਂ ਪੁਰਾਣੇ ਮੁਖਾਣੀ ਆਜ਼ਾਦਾਰਾਂ 'ਚ ਖੜਾ, ਕਿਹੜੀ ਗੱਲ ਹੈ ਜਿਹੜੀ ਆਲਮਾ ਜ਼ਾਕਰਾਂ ਤੁਹਾਡੇ ਤੱਕ ਨਹੀਂ ਪਹੁੰਚਾਈ। ਮਿੰਬਰ ਦੀ ਕਸਮ ਹੈ ਅਚਾਨਕ ਕੋਈ ਇਹੋ ਜਿਹੀ ਸ਼ਰਤ ਸਾਹਮਣੇ ਆਈ ਹੈ, ਹੁਸੈਨ ਦਾ ਬਦਨ ਕੰਬਣ ਲੱਗ ਗਏ, ਬਹੁਦਈ ਹਾ ਉੱਠੀ ਦਈ ਹਾ। ਮੇਰੇ ਅੱਲਾ ਪਹਿਲੀਆਂ ਮੇਰੇ ਵਾਸਤੇ ਚੈਨ ਮੋਹਲਤ ਦੇ, ਮੈਂ ਭਾਈਵਾਲ ਨਾਲ ਮਸ਼ਵਰਾ ਕਰੇ ਨਾ ਇਹ ਕਿਹੜੀ ਸ਼ਰਤ ਹੁਸੈਨ ਮੋਹਲਤ ਮੰਗੀਏ ਜਨਾ ਰੂਹਾਨੀਅਤ ਵਧੀਆ ਸੀ ਜੀ, ਸ਼ਾਬਾਸ਼ ਮਨ, ਸ਼ਾਬਾਸ਼ ਨੌਕਰ ਨੌਕਰ।
ਸਮਾਨ ਡੱਠਾ ਕਿਉਂ ਨਾ ਜ਼ਮੀਨ ਖਤਮ ਕਿਉਂ ਨਾ ਦੇ ਬੀਬੀਆਂ ਦੀ ਹੁਸੈਨ ਮੋਹਲਤ ਨਾ ਮੰਗ ਤਾਂ ਜੇ ਸ਼ਿਫਾਤ ਦਾ ਖਰੀਦਾਰ ਬਣਵਨ ਸ਼ਿਫਾਤ ਆਪਣੇ ਜ਼ਿੰਮੇ ਘਿਣ ਚਾ ਜੇ ਸੋਚਣ ਦਾ ਆਖੇ ਮੋਹਲਤ ਨਾ ਮੰਗ ਤੂੰ ਹੀ ਮਦੀਨਾ ਛੋੜ ਮੈਂ ਨਾਲ ਤੁਰਸਾਂ ਤੂੰ ਇੱਕ ਧੀ ਰੋਂਦੀ ਛੁੜੇ ਸੇ ਮੈਂ ਡੂ ਰੋਂਦੀਆਂ ਛੁੜੇ ਸਾਂ ਤੂੰ ਤਰੇ ਤਰੇ ਮੀਲਾਂ ਤੂੰ ਘੋੜਾ ਬਲਾ ਕੇ ਮਿਲਣ ਆਸੇ ਮੇਰੀਆਂ ਦੇਹਦੀਆਂ ਰਾਸੇ ਮੈਂ ਬੋਸੇ ਹੀ ਨਾ ਗਿਣਦਾ ਅਗਲਾ ਜੁਮਲਾ ਕਿਆ ਦੀ ਸਰ ਦਵਾ ਦਾ ਤੂੰ ਕਰ ਚਾਦਰ ਜੇ ਜ਼ਿੰਦਗੀ ਦਾ ਸਮਾਨ ਗਮ ਪਿਆ ਦੇਣ ਜਿਹੜਾ ਤਾਉ ਸ਼ਫਾਤ ਨਬੀ ਨਹੀਂ ਖਰੀਦ ਸੰਗੇ ਹੁਸੈਨ ਕਰਬਲਾ ਦੀ ਜ਼ਿੰਮੇਦਾਰੀ ਤਾਜੇ ਸ਼ਫਾਤ ਖਰੀਦੇ ਹੁਸੈਨ ਮਿੰਬਰ ਦੀ ਕਸਮ ਜਿਹੜਾ ਹੁਸੈਨ ਨਬੀਆਂ ਕੋ ਹੈਰਾਨ ਕਰਕੇ ਤਾਜੇ ਸ਼ਫਾਤ ਦਾ ਮਾਲਕ ਬਣੇ ਨਬੀ ਹੈਰਾਨ ਹੋ ਕੇ ਆਦਿਨ ਇਹਦਾ ਬਹਾਦਰ ਹੁਸੈਨ ਹੁਣ ਹੁਸੈਨ ਦੀ ਰੂਹ ਬਹਿਣ ਲੱਗੀ ਹੈ ਅੱਲਾ ਦੀ ਤਰਫੋਂ ਆਵਾਜ਼ ਆਈ ਹੈ ਹੁਸੈਨ ਕਿ ਮੇਰੀ ਫਿਕਰ ਨਹੀਂ ਜਨਾਬ ਅਨੀਸ ਤੇ ਦਬੀਰ ਦੇ ਜ਼ਮਾਨੇ 'ਚ ਸਾਡੇ ਬੱਖਰ ਦੇ ਨਸ਼ੇ ਵਿੱਚ ਇੱਕ ਜ਼ਾਕਿਰ ਗੁਜ਼ਰੇ ਗੁਲਾਮ ਸਿਕੰਦਰ ਗੁਲਾਮ ਜਸਕਾਨੀ ਉਹਨਾਂ ਆਪਣੀ ਕਿਤਾਬ ਵਿੱਚ ਲਿਖਿਆ ਹੈ ਅੱਲਾ ਦੀ ਆਵਾਜ਼ ਆਈ ਹੈ ਹੁਸੈਨ ਇਹ ਸਾਰੇ ਦੁੱਖ ਜੋ ਕਬੂਲ ਕੀਤੇ ਨਹੀਂ ਤੇ ਕੋ ਪਤਾ ਹੈ ਜੋ ਇਹਨਾਂ ਦੁੱਖਾਂ 'ਚੋਂ ਸਾਰਾ ਬਾਰਾ ਕਿਹੜਾ ਦੁੱਖ ਹੈ ਜ਼ਿਆਦਾ ਹੁਸੈਨ ਆ ਦਿਲ ਮਾਲਕ ਤੂੰ ਆਪਣਾ ਕੰਡਾ ਲਾ ਮੇਰੇ ਮਸਾਹਿਬ ਤੋਲ ਦੇਖਾ ਮੈਂ ਦੇਖਣਾ ਚਾਹੁੰਦਾ ਜੋ ਬਾਰੀ ਮੁਸੀਬਤ ਤੇ ਗਮ ਕਿਹੜੇ ਮਿੰਬਰ ਦੀ ਕਸਮ ਹੈ ਸਾਰੇ ਮਸਾਹਿਬ ਤੁਲਦੇ ਆਏ ਹੁਸੈਨ ਦੇਦਾ ਹੈ ਆਵਾਜ਼ ਤੌਹੀਦ ਆਉਂਦੀ ਹੈ ਹੁਸੈਨ ਪਤਾ ਲੱਗਾ ਜੋ ਕਿਹੜੇ ਦੁੱਖ ਦਾ ਬਾਰ ਜ਼ਿਆਦਾ ਹੁਸੈਨ ਆ ਦਿਲ ਮਾਲਕ ਤੂੰ ਦੱਸ ਅੱਲਾ ਦੇ ਵਿਛੋੜੇ ਦਾ ਦੁੱਖ ਸਾਰਾ ਦੁਬਾਰ ਹੁਣ ਮੈਂ ਕੁਡਲ ਵਿਛੋੜੇ ਦਾ ਜ਼ਾਮਿਨ ਕੌਣ ਹੈ ਅਚਾਨਕ ਹੋਈ ਛੋਟੀ ਜਿਹੜੀ ਬੱਚੀ ਦੀ ਰੂਹ ਉੱਠੀ ਹੈ ਪਿਓ ਦੇ ਗੱਲ ਚ ਬਣ ਪਾ ਗਿਆ ਜੇ ਬਾਬਾ ਮੈਂ ਫਾਤਿਮਾ ਸੂਰਾ ਮੇਰਾ ਬੇੜੀ ਕੁਨਾਲ ਖਿੱਤੀ ਬੰਨੇ ਭਰਜਾਈਆਂ ਕੁਨਾਲ ਬਈਆਂ ਧੀਆਂ ਕੁਨਾਲ ਆਦਿ ਵਿਛੋੜਾ ਜਾਣੇ ਤੇ ਮੈਂ ਸਾਰੇ ਹੁਸੈਨ ਦੇ ਮਸਾਹਿਬ ਤੋਂ ਵੱਡੀ ਮੁਸੀਬਤ ਵੀ ਛੋੜੇ ਦੀ ਮਿੰਬਰ ਦੀ ਕਸਮ ਇਹੋ ਜਿਹੀ ਮੰਜ਼ਲ ਹੀ ਆਈ ਹੈ ਤਰਾਜ਼ੂ ਦੇ ਉੱਤੇ ਅੱਲਾ ਨੇ ਹਿੱਕ ਪਾਸੇ ਹੁਸੈਨ ਦੇ ਸਾਰੇ ਦੁੱਖ ਰੱਖੇ ਨੇ ਦੂਜੇ ਪਾਸੇ ਹੀ ਕੱਲਾ ਵੀ ਛੋੜਾ ਰੱਖੇ ਤਾਰੀਖਾ ਦੀ ਹੁਸੈਨ ਦੇ ਸਾਰੇ ਮਸਾਹਿਬ ਤੂੰ ਹੀ ਕੱਲੇ ਵੀ ਛੋੜੇ ਦਬਾਰ ਵੱਧ ਆਵਾਜ਼ ਤਵੀ ਦੰਦੀ ਹੁਸੈਨ ਵੀ ਛੋੜੇ ਦਬਾਰ ਕੌਣ ਚਾਹੀਦੀ ਇੱਕ ਬੱਚੀ ਦੀ ਰੂਹ ਉੱਠੀ ਪਿਓ ਦੇ ਗੱਲ ਕਿਆ ਦੀ ਨਾ ਖਬਰਾ ਤੂੰ ਤਾਜ ਦਾ ਮਾਲਕ ਬਣ ਵੀ ਛੋੜੇ ਜਾਣੇ ਤੇ ਮੈਂ ਸ਼ੌਕ ਹੈ ਵੀਰ ਦੀ ਮਾਤਮ ਕਰਨਾ ਮਾਤਮ ਆਇਆ ਸ਼ਾਦੀ ਦਾ ਮੈਂ ਪੈਦਲ ਤੁਰਦੀ ਆਦੀ ਹੈ ਮੈਂ ਕੋਈ ਸ਼ੌਕ ਹੈ ਵੀਰ ਦੀ ਸਦਕੇ ਆਦੀ ਹੈ ਮੈਂ ਕੋਈ ਸ਼ੌਕ
دشمن دے شر تو محفوظ فرما، پیر محسن شاہ صاحب دے توفیقات اضافہ فرما، انہاں دے والد محترم کو صحت کامل عاجل عطا فرما، بیماریاں تکلیفاں تو محفوظ و محموم فرما، تمام صاحبان حاجت دے حاجات پورے فرما، آمن والے عزاداری دے ایام ہر قسم دی تکلیف پریشانی تو محفوظ محفوظ فرما، شیعہ سنی بھائیاں کو اتفاق اتحاد نال کہ ایام غم منامن دی توفیق عطا فرما، بارگاہ رسول اچ بارگاہ بنت رسول اچ شیعہ سنی نو نذران عقیدت پیش کرن دی توفیق، ربنا تقبل منا انک انت سمیع العلیم، بحق محمد وآلہ المعصومین، رب صلی علی محمد وآل محمد وعجل فرجہم.